ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਨਿਊਜ਼ ਲਾਈਨ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਆਮ ਕਰਕੇ ਜਦੋਂ ਤੁਸੀਂ ਬਾਜ਼ਾਰ ਵਿੱਚ ਜਾਂਦੇ ਹੋਵੋਗੇ ਤਾਂ ਉਸ ਸਮੇਂ ਸਮਾਨ ਲਿਆਉਣ ਲਈ ਕੈਰੀ ਬੈਗ ਸ਼ਾਇਦ ਹੀ ਲੈ ਕੇ ਜਾਂਦੇ ਹੋਵੋਗੇ। ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਜਦੋਂ ਤੁਸੀਂ ਕੋਈ ਖਰੀਦਦਾਰੀ ਕਰਦੇ ਹੋ ਤਾਂ ਦੁਕਾਨਦਾਰ ਤੁਹਾਨੂੰ ਕੈਰੀ ਬੈਗ ਆਪਣੇ ਕੋਲੋਂ ਹੀ ਦੇ ਦਿੰਦਾ ਹੈ। ਕਈ ਵਾਰ ਤਾਂ ਦੁਕਾਨਦਾਰ ਉਸ ਕੈਰੀ ਬੈਗ ਦੇ ਪੈਸੇ ਵੀ ਤੁਹਾਡੇ ਕੋਲੋਂ ਹੀ ਲੈ ਲੈਂਦਾ ਹੈ ਤੇ ਤੁਹਾਨੂੰ ਪਤਾ ਨਹੀਂ ਲੱਗਦਾ। ਪਰ ਸ਼ਾਇਦ ਤੁਸੀਂ ਇਹ ਜਾਣਦੇ ਵੀ ਨਹੀਂ ਕਿ ਜੇਕਰ ਦੁਕਾਨਦਾਰ ਕੈਰੀ ਬੈਗ ਲਈ ਕਿਸੇ ਗਾਹਕ ਕੋਲੋਂ ਅਲੱਗ ਤੋਂ ਪੈਸੇ ਦੀ ਮੰਗ ਕਰੇ ਤਾਂ ਸਗੋਂ ਦੁਕਾਨਦਾਰ ਨੂੰ 9000 ਰੁਪਏ ਉਲਟਾ ਇਸ ਦਾ ਹਰਜਾਨਾ ਭਰਨਾ ਪੈ ਸਕਦਾ ਹੈ। ਇਸ ਤਰ੍ਹਾਂ ਦਾ ਹੀ ਕੁਝ ਹੋਇਆ ਹੈ ਚੰਡੀਗੜ੍ਹ ਦੇ ਇੱਕ ਦੁਕਾਨਦਾਰ ਨਾਲ। ਆਓ ਦੇਖਦੇ ਹਾਂ ਪੂਰੀ ਵੀਡੀਓ। ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹੋਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ ਤੇ ਸਭ ਤੋਂ ਪਹਿਲਾਂ ਪਹੁੰਚ ਸਕੇ। ਦਰਅਸਲ 5 ਫਰਵਰੀ ਦੇ ਦਿਨ ਦਿਨੇਸ਼ ਪ੍ਰਸ਼ਾਦ ਨਾਂ ਦੇ ਵਿਅਕਤੀ ਨੇ ਚੰਡੀਗੜ੍ਹ ਦੇ ਸੈਕਟਰ 22D ਵਿੱਚ ਸਥਿਤ ਬਾਟਾ ਦੇ ਸ਼ੋਰੂਮ ਤੋਂ ਆਪਣੇ ਬੂਟ ਖਰੀਦੇ ਸਨ, ਜਿਨ੍ਹਾਂ ਦਾ ਤਕਰੀਬਨ ਮੁੱਲ 399 ਰੁਪਏ ਸੀ। ਉਹਨਾਂ ਨੇ ਗਾਹਕ ਦਿਨੇਸ਼ ਪ੍ਰਸ਼ਾਦ ਕੋਲੋਂ 402 ਰੁਪਏ ਵਸੂਲ ਕਰ ਲਏ ਤੇ ਗਾਹਕ ਦੇ ਪੁੱਛਣ ਤੇ ਦੱਸਿਆ ਕਿ ਉਹਨਾਂ ਦੇ ਬਿੱਲ ਵਿੱਚ ਕੈਰੀ ਬੈਗ ਦੇ 3 ਰੁਪਏ ਅਲੱਗ ਤੋਂ ਜੋੜੇ ਗਏ ਹਨ। ਜੋ ਗੱਲ ਗਾਹਕ ਦਿਨੇਸ਼ ਪ੍ਰਸ਼ਾਦ ਨੂੰ ਬਿਲਕੁਲ ਨਹੀਂ ਚੰਗੀ ਲੱਗੀ ਤੇ ਦਿਨੇਸ਼ ਪ੍ਰਸ਼ਾਦ ਨੇ 8 ਫਰਵਰੀ ਨੂੰ ਕੰਜ਼ਿਊਮਰ ਕੋਰਟ ਵਿੱਚ ਸ਼ਿਕਾਇਤ ਕਰਦਿਆਂ ਦੱਸਿਆ ਕਿ ਉਹਨਾਂ ਤੋਂ ਬਾਟਾ ਸਟੋਰ ਵਾਲਿਆਂ ਨੇ ਕੈਰੀ ਬੈਗ ਦੇ 3 ਰੁਪਏ ਅਲੱਗ ਤੋਂ ਹੀ ਲੈ ਲਏ ਹਨ। ਇਸ ਦੇ ਨਾਲ ਜੋ ਕੈਰੀ ਬੈਗ ਉਹਨਾਂ ਨੂੰ ਮਿਲਿਆ ਉਸ ਤੇ ਬਾਟਾ ਵਾਲੇ ਆਪਣਾ ਪ੍ਰਚਾਰ ਵੀ ਕਰ ਰਹੇ ਹਨ। ਜਦੋਂ ਇਸ ਮਾਮਲੇ ਸੰਬੰਧੀ ਬਾਟਾ ਦੇ ਸਟੋਰ ਵਾਲਿਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਅਸੀਂ ਕਾਗਜ਼ ਦੇ ਬੈਗ ਆਪਣੇ ਗਾਹਕਾਂ ਨੂੰ ਦੇ ਰਹੇ ਹਾਂ। ਇਸ ਤੋਂ ਬਾਅਦ ਕੰਜ਼ਿਊਮਰ ਕੋਰਟ ਵੱਲੋਂ ਫੈਸਲਾ ਸੁਣਾਉਂਦਿਆਂ ਸਟੋਰ ਵਾਲਿਆਂ ਨੂੰ ਕਿਹਾ ਕਿ ਜੇਕਰ ਤੁਸੀਂ ਵਾਤਾਵਰਣ ਨੂੰ ਬਚਾਉਣ ਦਾ ਨਾਅਰਾ ਆਪਣੇ ਸਿਰ ਚੁਹਾਉਂਦੇ ਹੋ ਤਾਂ ਇਹ ਕੈਰੀ ਬੈਗ ਗਾਹਕਾਂ ਨੂੰ ਮੁਫ਼ਤ ਦੇਵੋ ਤੇ ਗਾਹਕ ਦਿਨੇਸ਼ ਪ੍ਰਸ਼ਾਦ ਤੋਂ ਜਿਹੜੇ 3 ਰੁਪਏ ਤੁਸੀਂ ਲਏ ਹਨ ਉਸ ਤੋਂ ਇਲਾਵਾ 3000 ਰੁਪਏ ਜੁਰਮਾਨਾ ਅਤੇ ਗਾਹਕ ਦੇ ਕਾਨੂੰਨੀ ਲੜਾਈ ਵਿੱਚ ਖਰਚ ਹੋਣ ਵਾਲੇ 1000 ਰੁਪਏ ਸਮੇਤ ਕੁੱਲ 4003 ਰੁਪਏ ਗਾਹਕ ਦਿਨੇਸ਼ ਪ੍ਰਸ਼ਾਦ ਨੂੰ ਵਾਪਸ ਕਰ ਦਿੱਤੇ ਜਾਣ। ਇਸ ਤੋਂ ਇਲਾਵਾ 5000 ਰੁਪਏ ਕੋਰਟ ਦੇ ਸਰਕਾਰੀ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਣ। ਇਸ ਤਰ੍ਹਾਂ ਬਾਟਾ ਸ਼ੋਰੂਮ ਵਾਲਿਆਂ ਨੂੰ ਇੱਕ ਮਾਮੂਲੀ ਬੈਗ ਦਾ ਹਰਜਾਨਾ 9000 ਰੁਪਏ ਭਰਨਾ ਪੈ ਗਿਆ, ਜੋ ਕਿ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹਰ ਕੋਈ ਜਾਗਰੂਕ ਹੋ ਜਾਵੇ। ਇਸ ਵੀਡੀਓ ਵਿੱਚ ਆਪਣੇ ਕਮੈਂਟ ਜ਼ਰੂਰ ਕਰਕੇ ਦੱਸਣਾ ਕਿ ਤੁਹਾਡੇ ਤੋਂ ਵੀ ਕੈਰੀ ਬੈਗ ਲਈ ਅਲੱਗ ਤੋਂ ਪੈਸੇ ਵਸੂਲ ਕੀਤੇ ਗਏ ਹਨ ਜਾਂ ਨਹੀਂ। ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ, ਨਹੀਂ ਤਾਂ ਇਸ ਵੀਡੀਓ ਨੂੰ ਡਿਸਲਾਈਕ ਕਰ ਦਿਓ। ਇਸੇ ਤਰ੍ਹਾਂ ਦੀਆਂ ਹੋਰ ਅਪਡੇਟਸ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ ਤੇ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ। ਧੰਨਵਾਦ।